ਬੈਡ ਹੈ ਤੇ ਗੁੱਡ ਨਿਊਜ਼। ਅੱਛਾ ਬੈਡ ਨਿਊਜ਼ ਇਸਲਾਮਗੜ੍ਹ ਦੇ ਲੋਕਾਂ ਵਾਸਤੇ ਹੈ ਤੇ ਗੁੱਡ ਨਿਊਜ਼ ਜਨਾਬ ਸਾਰੇ ਜਿਹੜੇ ਸਾਡੇ ਆਜ਼ਾਦ ਕਸ਼ਮੀਰ ਦੇ ਲੋਕ ਹਨ ਜਾਂ ਜਿਹੜੇ ਤੁਸੀਂ ਵੀ ਕਰਸਨ ਉਹਨਾਂ ਵਾਸਤੇ ਜਨਾਬ। ਬਾਬੇ ਸਭ ਤੋਂ ਪਹਿਲਾਂ ਮਨਿਸਟਰ ਸਾਹਿਬ ਨਾਲ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦਿਲਚਸਪੀ ਕਹਿੰਦੀ ਹੈ। ਉਸ ਤੋਂ ਇਲਾਵਾ ਐਕਸ਼ਨ ਕਮੇਟੀ ਨੇ ਮਿਮਰਾਨ ਨਾਲ ਬਹੁਤ ਬਹੁਤ ਸ਼ੁਕਰੀਆ। ਉਸ ਤੋਂ ਇਲਾਵਾ ਸਾਡੇ ਹਲਕੇ ਦੀ ਆਵਾਮ ਨਾਲ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਸਾਰਿਆਂ ਇਤਜਾਜ ਵਗੈਰਾ ਕੀਤਾ, ਸਾਰੀਆਂ ਚੀਜ਼ਾਂ ਕੀਤੀਆਂ। ਵਲੌਗ ਬਣਾਇਆ ਸੀ ਇਹ ਡੇਮੇ ਤੋਂ ਬਾਅਦ ਸੀ, ਹੁਣ ਸਦਕ ਨੇ ਪਿਓ ਸਲਾਮ ਅਲੈਕੁਮ ਪਬਲਿਕ, ਕੀ ਹਾਲ ਹੈ ਸੋ ਸਾਰਿਆਂ ਦਾ? ਠੀਕ ਠਾਕ ਹੋ? ਮੈਂ ਚੌਧਰੀ ਅਨੀਸ, ਸੋ ਦੇਖੀ ਰਹੇ ਹੋ ਯੂਟਿਊਬ ਚੈਨਲ ਅਨੀਸ ਸਕੁਆਡ। ਪਬਲਿਕ ਇਸ ਟਾਈਮ ਮੈਂ ਮੌਜੂਦ ਹਾਂ ਰਠੋਆ ਹਰਿਆਮ ਪੁਲਾ ਪਰ, ਜਿਸ ਕਿ ਸੋ ਦੇਖਦੇ ਹੋ ਬੈਕਗਰਾਊਂਡ ਪਰ ਬਿਲਕੁਲ ਐਂਡ ਪੁਆਇੰਟ ਮੈਂ ਮੌਜੂਦ ਹਾਂ ਜਿਹੜਾ ਇਸ ਨਾਲ ਇਸਾਇਆ ਨੂੰ ਇਸਲਾਮਗੜ੍ਹ ਨਾਲ ਅਟੈਚ ਹੋਣਾ ਪਿਆ। ਤਾਂ ਕੀ ਰਿਹਾ ਸੋ ਇਸ ਸਾਈਡ ਅਸਾਂ ਮੌਜੂਦ ਹਾਂ ਔਰ ਆਈ ਨੇ ਵਲੌਗ ਦੇ ਅੰਦਰ ਇਨਸ਼ਾਅੱਲਾ ਤਾਲਾ ਅਸਾਂ ਸੋ ਇਸ ਉੱਤੇ ਹਾਲ ਦੱਸਣੇ ਜੁਲੇ ਹਾਂ ਇਸ ਪੁਲਾ ਨਹੀਂ ਕਿ ਇਸ ਟਾਈਮ ਕਿਆ ਸੋ ਉੱਤੇ ਹਾਲ ਹੈ ਔਰ ਲੇਟੈਸਟ ਜਨਾਬ ਇਸ ਲਈ ਇੱਕ ਨਿਊਜ਼ ਹੈ। ਸੋ ਆਈ ਨੇ ਵਲੌਗ ਦੇ ਅੰਦਰ ਸਾਡਾ ਮੌਜੂਦ ਹਨ ਉਸਮਾਨ ਬਾਈ ਜਿਹੜੇ ਕਿ ਇੱਥੇ ਨੇ ਜਨਾਬ ਰਿਆਸ਼ੀਨ ਦੇਸੀ ਵਲੌਗ ਇਹਨਾਂ ਨੇ ਯੂਟਿਊਬ ਚੈਨਲ। ਉਸਮਾਨ ਬਾਈ ਕਿਆ ਹਾਲ ਹੈ? ਅਲਹਮਦੁਲਿਲਾ ਠੀਕ ਹੋ, ਖੈਰੀਅਤ ਹੈ? ਅਲਹਮਦੁਲਿਲਾ ਮਾਸ਼ਾਅੱਲਾ ਜਨਾਬ। ਅੱਜ ਉਸ ਏਰੀਏ 'ਚ ਆਇਆ, ਸਾਰੇ ਪਹਿਲਾਂ ਤਾਂ ਮੈਂ ਦੱਸਣਾ ਚਾਹੋ ਕਿ ਇਸ ਪੁਲਾ ਬਾਰੇ 'ਚ ਗੁੱਡ ਨਿਊਜ਼ ਹੈ ਜਾਂ ਬੈਡ ਨਿਊਜ਼ ਹੈ ਸਾਰੀ ਪਬਲਿਕ ਹੀ ਪਤਾ ਲੱਗੀ ਜਾ। ਮੈਂ ਸਸਪੈਂਸ ਆ ਗਿਆ ਜਿਹੜੀ ਦੱਸਾਂ। ਸਭ ਤੋਂ ਪਹਿਲਾਂ ਅਨੀਸ ਭਾਈ ਤੁਸਾਂ ਕੀ ਇਸਲਾਮਗੜ੍ਹ ਦੇ ਅੰਦਰ ਵੈਲਕਮ ਜੀ ਜੀ ਤੇ ਉਸ ਤੋਂ ਬਾਅਦ ਦੋ ਨਿਊਜ਼ਾਂ ਨੇ, ਇੱਕ ਬੈਡ ਹੈ ਤੇ ਗੁੱਡ ਨਿਊਜ਼ ਹੈ। ਅੱਛਾ ਬੈਡ ਨਿਊਜ਼ ਇਸਲਾਮਗੜ੍ਹ ਦੇ ਲੋਕਾਂ ਵਾਸਤੇ ਹੈ ਤੇ ਗੁੱਡ ਨਿਊਜ਼ ਜਨਾਬ ਸਾਰੇ ਜਿਹੜੇ ਸਾਡੇ ਆਜ਼ਾਦ ਕਸ਼ਮੀਰ ਦੇ ਲੋਕ ਹਨ ਜਾਂ ਜਿਹੜੇ ਤੁਸੀਂ ਕਰਸਨ ਉਹਨਾਂ ਵਾਸਤੇ ਜਨਾਬ ਗੁੱਡ ਨਿਊਜ਼ ਹੈ। ਗੁੱਡ ਨਿਊਜ਼ ਹੈ ਤੇ ਬਾਕੀ ਮੇਰਾ ਨਾ ਇਨਸ਼ਾਅੱਲਾ ਤਾਲਾ ਉਸੇ ਦੱਸਾਂ ਗੁੱਡ ਨਿਊਜ਼ ਮੇਰਾ ਨਾ ਦੱਸੀ ਉੜ ਗਿਆ। ਬਹੁਤ ਜਲਦ ਇਨਸ਼ਾਅੱਲਾ ਰਠੋਆ ਹਰਿਆਮ ਦਾ ਜਿਹੜਾ ਪੁੱਲ ਹੈ ਇਹ ਕੰਪਲੀਟ ਹੋਣੇ ਚੱਲਿਆ। ਇਸ ਨਾਲ ਕੰਮ ਹੈ ਜਿਹੜਾ ਤਾਮੀਰ ਨਾ ਉਹ ਸ਼ੁਰੂ ਸੀ, ਲੇਕਿਨ ਜਿਹੜਾ ਤੁਸੀਂ ਪਤਾ ਕਿ ਮੰਗਲਾ ਡੈਮ ਕਾਫੀ ਜ਼ਰ ਚੜਿਆ ਲੇਟੈਸਟ ਹੋਈ। ਸੋ ਤੁਹਾਨੂੰ ਹਾਲ ਦੱਸਾਂ ਇਸ ਟਾਈਮ ਪਾਣੀਆਂ ਨੇ ਕਿੱਥੇ ਲੈਵਲ ਹੈ, ਫੁੱਲ ਜਿਹੜਾ ਮੈਕਸੀਮਮ ਲੈਵਲ ਹੈ ਨਾ ਪਿਛਲੀ ਵਾਰ ਜਿਹੜਾ ਫੁੱਲ ਚੜਿਆ ਸੀ ਉਹ ਤਾਂ ਕੀ ਰਿਹਾ ਇਹ ਤਕਰੀਬਨ ਇਸ ਜਗ੍ਹਾ ਜਿਹੀਆਂ ਇਸ ਤੋਂ ਤਕਰੀਬਨ ਨਿਸ਼ਾਨ ਇਹ ਹੈ ਨਾ ਭਾਈ ਸਮਾਨ ਪੁਰਾਣਾ ਹੀ ਹੈ ਨਾ ਤੇ ਬਾਕੀ ਇਹ ਮੈਕਸੀਮਮ ਲੈਵਲ ਸੀ। ਇਸ ਨਾਲ ਮੈਕਸੀਮਮ ਲੈਵਲ ਸੀ ਸਹੀ, ਇਸ ਵੇਲੇ ਵੀ ਉੱਪਰ ਗਿਆ ਸੀ ਪਰ ਹੁਣ ਆਸਤਾ ਆਸਤਾ ਜਿਹੜਾ ਨੇ ਡਾਊਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪੁੱਲ ਨਾਲ ਕੰਮ ਸ਼ੁਰੂ ਕਰਨਾ ਨੇ ਨਾ ਜੀ ਜੀ ਤਾਂ ਵਜ਼ੀਰ ਅਮੂਰੇ ਮੰਗਲਾ ਜਿਹੜੇ ਇਸਨੇ ਵਜ਼ੀਰ ਹਨ ਤਾਂ ਉਹਨਾਂ ਰੀਸੈਂਟਲੀ ਪਿੱਛੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਆਇਆ ਕਿ ਜਲਦੀ ਇਸ ਦਾ ਕੰਮ ਸਟਾਰਟ ਹੋ ਗਿਆ ਸੀ। ਅੱਛਾ ਜਿਹੜਾ ਸਤੰਬਰ ਨੇ ਐਂਡ ਪਰ ਜਿਹੜਾ ਨਾ ਜਿਹੜੀ ਰੋਡ ਹੈ ਇਸ ਰੋਡ ਨਾਲ ਕੰਮ ਸਟਾਰਟ ਹੋ ਸੀ। ਅੱਛਾ ਜਿਹੜੀ ਰੋਡ ਹੈ ਨਹੀਂ ਹਰਿਆਮ ਜੀ ਜੀ ਇਸ ਰੋਡ ਨਾਲ ਸਤੰਬਰ ਨੇ ਐਂਡ ਵਿੱਚ ਕੰਮ ਸਟਾਰਟ ਹੋ ਸੀ। ਉਸ ਤੋਂ ਬਾਅਦ ਆ ਗਿਆ ਦਸੰਬਰ ਨੇ ਐਂਡ ਵਿੱਚ ਸਾਰੇ ਪਾਣੀਆਂ ਦੇ ਲੈਵਲ ਬਿਲਕੁਲ ਜ਼ੀਰੋ ਕਰਸਨ ਤੱਕ ਆ ਗਿਆ ਸੀ। ਉਸ ਤੋਂ ਬਾਅਦ ਮਸ਼ੀਨਰੀ ਇੱਚ ਸੀ ਤਾਂ ਉਹ ਫਿਰ ਇਸ ਚੀਜ਼ ਜਿਹੜਾ ਬਣਾਉਣਾ ਸ਼ੁਰੂ ਕਰ ਬਿਲਕੁਲ ਬਿਲਕੁਲ ਇਨਸ਼ਾਅੱਲਾ ਇਹ ਆਰਸੀਸੀ ਜਿਹੜਾ ਬ੍ਰਿਜ ਹੋ ਸੀ ਨਾ ਨਿਸ ਭਾਈ ਇਹ ਆਰਸੀਸੀ ਬਣ ਸੀ ਕਿਉਂਕਿ ਪਹਿਲਾਂ ਆਣੇ ਸਨ ਵੀ ਸਟੀਲ ਦਾ ਸਟਰਕਚਰ ਹੋ ਸੀ ਇਸ ਨਾਲ। ਅੱਛਾ ਹੁਣ ਸਟੀਲ ਦਾ ਸਟਰਕਚਰ ਨਹੀਂ ਇਸੇ ਤਰ੍ਹਾਂ ਹੀ ਬਣ ਸੀ ਜਿਸ ਤਰ੍ਹਾਂ ਬਣਦੇ ਆ ਨਾ ਆਰਸੀਸੀ ਜੀ ਜੀ ਬਜਰੀ ਰੇਤ ਨਾਲ ਸਾਂ ਹਣੇ ਆ ਬਿਲਕੁਲ ਉਸੇ ਆਰਸੀਸੀ ਪੁਲ ਇਨਸ਼ਾਅੱਲਾ ਬਣ ਸੀ ਬਿਲਕੁਲ ਪਹਿਲਾਂ ਇਸ ਨਾਲ ਸਟੀਲ ਦਾ ਸਟਰਕਚਰ ਸੀ ਤਾਂ ਉਹ ਫਿਰ ਕਾਸਟ ਬਹੁਤ ਜ਼ਿਆਦਾ ਨਹੀਂ ਸੀ ਕਾਸਟ ਬਹੁਤ ਜ਼ਿਆਦਾ ਨਹੀਂ ਸੀ ਔਰ ਇਹ ਗੱਲ ਹੈ ਮੈਂ ਉਹ ਵਲੌਗ ਵੀ ਬਣਾਇਆ ਸੀ ਪੂਰਾ ਇਹਨਾਂ ਨਕਸ਼ਾ ਵਗੈਰਾ ਸਾਰਾ ਬਣਾਇਆ ਵੀ ਆਇਆ ਸੀ ਕਿ ਥੱਕੜਾ ਸਟਰਕਚਰ ਹੋ ਸੀ ਠੀਕ ਹੈ ਇੱਥੋਂ ਕਿ ਨਹੀਂ ਦੱਸਿਆ ਜੀ ਪੂਰਾ ਸਟੀਲ ਨਾਲ ਬੁੱਲ ਸੀ ਔਰ ਉਹ ਜਿਹੜਾ ਇਹਨਾਂ ਨਕਸ਼ਾ ਉਹ ਵਲੌਗ ਦੇ ਅੰਦਰ ਮੈਂ ਤੁਸੀਂ ਦੱਸਿਆ ਸੀ ਉਹ ਖਤਮ ਹੋਈ ਹੈ ਉਹ ਖਤਮ ਹੋਈ ਹੈ ਉਹ ਨਹੀਂ ਹੋਈ। ਅੱਛਾ 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 ਹੁਣ ਜਿਹੜਾ ਨਾ ਇਸ ਨਾਲ ਆਰਸੀਸੀ ਬਣ ਸੀ ਤਾਂ ਉਹ ਉਸਨੇ ਪਰ ਚੱਲ ਸੀ ਠੀਕ ਹੋਈ ਆ ਠੀਕ ਹੋਈ ਬੈਡ ਨਿਊਜ਼ ਵੀ ਦੇਈ ਹੋਣਾ ਐਂਡ ਪਰ ਬੈਡ ਨਿਊਜ਼ ਇਹ ਹੈ ਕਿ ਸਾਡੇ ਇਸਲਾਮਗੜ੍ਹ ਨੇ ਜਿੰਨੀ ਵੀ ਆਵਾਮ ਦੇ ਸ਼ਾਮਿਲ ਹੈ ਅਸ਼ਨੀ ਸੀ ਜੀ ਜੀ ਬੇੜੀ ਸੀ ਪਿਕਨਿਕ ਪੁਆਇੰਟ ਸੀ ਕਿ ਉਹ ਪਿਕਨਿਕ ਪੁਆਇੰਟ ਖਤਮ ਹੋ ਜੇ ਸੀ ਕਿਉਂਕਿ ਇਸ ਕੀ ਜਿਲਾ ਕੰਮ ਸਟਾਰਟ ਕਰਸਨ ਬੰਦ ਕਰੀ ਹੋਰ ਸਰ ਨਾਰਮਲ ਬੰਦਿਆਂ ਵਾਸਤੇ ਬੰਦ ਕਰੀ ਹੋਰ ਸਰ ਇਸ ਨਾਲ ਰਿਲੇਟਡ ਕੰਮ ਹੈ ਇਸ ਰਿਲੇਟਡ ਕੰਮ ਹੈ ਰਿਲੇਟਡ ਬੰਦੇ ਅੱਛੀ ਸਕਣ ਜਾਂ ਕੋਈ ਮਹਿਕਮੇ ਨਾਲ ਰਿਲੇਟਡ ਕੋਈ ਬੰਦਾ ਅੱਛਾ ਹੈ ਕੰਮ ਚੈੱਕ ਕਰਨਾ ਚਾਹੇ ਠੀਕ ਹੈ ਉਹ ਅੱਛੀ ਸਕਣ ਵੈਸੇ ਇਹ ਜਿਹੜਾ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਤੱਕਿਆ ਸੀ ਨੀਸ਼ ਭਾਈ ਕਿ ਇਹ ਪੁੱਲ ਬੰਦ ਸੀ ਇਨਸ਼ਾਅੱਲਾ। ਸਭ ਤੋਂ ਪਹਿਲਾਂ ਤਾਂ ਮੈਂ ਸਹੀ ਸੁਤੇ ਹਾਲ ਚੈੱਕ ਕਰਾਉਣਾ ਇਸ ਟਾਈਮ ਡਰੋਨ ਦੇ ਅੰਦਰ ਪ੍ਰੋਪਰ ਸਹੀ ਜਨਾਬ ਪੂਰਾ ਵਿਊ ਸੀ ਉਸਨੇ ਬਾਅਦ ਮਜ਼ੀਦ ਇਨਸ਼ਾਅੱਲਾ ਗੱਲਾਂ ਹੋਣੀਆਂ ਕਿ ਇਸ ਪੁੱਲ ਨਾਲ ਰਿਲੇਟਡ ਔਰ ਖਾਸ ਕਰੀ ਇੱਕ ਦੋ ਜਿਹੜੇ ਵਿਲੇਜ ਨਾਲ ਹੀ ਥਾਂ ਮੈਂ ਜਿਲ੍ਹਾ ਵੀ ਥਾਂ ਨੇ ਵਲੌਗ ਬਣਾਉਣਾ ਹੋਣਾ ਇੱਥਾਂ ਨੇ ਨਾਲ ਜਿਹੜੇ ਵਿਲੇਜ ਲੱਗਣੇ ਨੇ ਕਿਉਂਕਿ ਪਰਦੇਸੀ ਜ਼ਿਆਦਾਤਰ ਅਸੀਂ ਪਰਦੇਸੀ ਸਕਣੇ ਉਹਨਾਂ ਨਾਲ ਇੱਕ ਖਾਹਿਸ਼ ਹੋਣੀ ਹੈ ਕਿ ਅਸਾਂ ਆਪਣੇ ਪੁਰਾਣੇ ਵਿਲੇਜ ਤੱਕ ਇਨਸ਼ਾਅੱਲਾ ਕਿਨਾਰਿਆਂ ਨਾਲ ਜਿਹੜੇ ਇੱਥੇ ਇੱਕ ਦੋ ਜਿਹੜੇ ਗ੍ਰਾਂ ਲੱਗਣੇ ਨੇਪਾਲ ਖਾਸ ਕਰੀ ਚੱਕ ਰਿਹਾ ਮੈਂ ਉਹ ਇਨਸ਼ਾਅੱਲਾ ਮੈਂ ਸਵੀ ਕਵਰੇਜ ਕਰੀ ਦੱਸਾਂ ਲੇਕਿਨ ਸਾਰੇ ਪਹਿਲੇ ਇੱਥੇ ਨੇ ਕੋਈ ਡਰੋਨ ਸ਼ਾਟ ਚੈੱਕ ਕਰੀ ਨੋ ਫਿਰ ਇਸਨੇ ਬਾਰੇ ਮਜ਼ੀਦ ਇਨਸ਼ਾਅੱਲਾ ਗੱਲਾਂ ਹੋਣੀਆਂ ਕਿ ਪਹਿਲੇ ਤੁਸੀਂ ਪਤਾ ਕਿ ਕਾਫੀ ਰੋਲੇ ਸਨ ਕੋਈ ਪਾਇਆ ਆਣੇ ਸਕਿਆ ਆਟ ਲਈ ਜਾਣਾ ਆ ਜਾਂ ਕੋਈ ਕਾਫੀ ਵਿੱਚ ਖਾਈ ਹੈ ਕਹਿ ਆ ਉਸਨੇ ਬਾਰੇ ਇਨਸ਼ਾਅੱਲਾ ਗੱਲਾਂ ਹੋਣੀਆਂ ਹਾਂ
ਪਾਕਿਸਤਾਨੀ ਕਰ ਦਿਖਾ ਤਿਰਵਾਰ ਦਿੰਦੇ ਨੇ ਆਪਣੀ ਸ਼ੇਰ ਜਵਾਨੀ ਕਰ ਦਿਖਾ ਤਿਰਵਾਰ ਦਿੰਦੇ ਨੇ ਅੱਲਾਹੁ ਅੱਲਾ ਅੱਲਾ ਅੱਲਾਹੁ ਅੱਲਾ ਅੱਲਾਹੁ ਅੱਲਾ ਅੱਲਾ ਅੱਲਾਹੁ ਅੱਲਾ ਮਾਂ ਪਿਓ ਬੱਚੇ ਛੱਡਣੇ ਔਖੇ ਇਹ ਪਰਦੇਸੀ ਛੱਡਦਾ ਪੁੱਛ ਕਦੀ ਇਹ ਕਿਵੇਂ ਸਭ ਦੀਆਂ ਆਸ ਪੂਰੀਆਂ ਕਰਦਾ ਪੁੱਛ ਕਦੀ ਇਹ ਕਿਵੇਂ ਸਭ ਜਨਾਬ ਔਰ ਇਸ ਸਦਕੇ ਪਿਓ ਨਾ ਇਸ ਨੇ ਜਿਹੜੀ ਰੋਡ ਹੈ ਇਹ ਵੀ ਸਾਰੀ ਜਿਹੜੀ ਨਵੀਂ ਬਣਸੀ ਔਰ ਖਾਸ ਕਰੀ ਮੈਂ ਇਹ ਗੱਲ ਉਸਮਾਨ ਭਾਈ ਪਹਿਲੇ ਵੀ ਸੋਚਦਾ ਸਾਂ ਅਗਰ ਇਹ ਪੁਲ ਤਿਆਰ ਵੀ ਹੋਈ ਜਾਏ ਵਿਚਕਾਰ ਹੈ ਜਿਵੇਂ ਕਾਫੀ ਜ਼ਿਆਦਾ ਸੋਹਣਾ ਲੱਗਣਾ ਵਾ ਸਿੰਗਲ ਜਿਹਾ ਲੱਗਣਾ ਵਾ ਤੇ ਕਹਿਣੇ ਹੋ ਕਿ ਜਨਾਬ ਤਕਰੀਬਨ ਕਿੰਨੇ ਫੋਟੋ ਸੀ 20 ਫੋਟੋ ਸੀ ਤਕਰੀਬਨ 20 25 ਫੁੱਟ ਅਗਰ ਇਹ ਪੁਲ ਜਿਹੜਾ ਬਣੀ ਜਾ ਅੰਦਾਜ਼ਨ ਗੱਡੀ ਤੇ ਬਾਬੇ 10 ਮਿੰਟਾਂ ਹੀ 15 ਚ ਅਸਾਂ 10 15 ਮਿੰਟਾਂ ਬਿਲਕੁਲ ਤਾਂ ਉਧਰੋਂ ਅਸਾਂ ਅਗਰ ਜਾਣੇ ਆ ਸਾਰੇ ਪਹਿਲਾਂ ਅਸੀਂ ਜਾਣਾ ਪੈਣਾ ਕਿਹੜੇ ਜਗ੍ਹਾ ਸਭ ਤੋਂ ਪਹਿਲਾਂ ਤੁਸੀਂ ਜਾਸੋ ਜੱਟੀ ਡੇਰੀ ਕ੍ਰਾਸ ਜੀ ਜੀ ਉਸ ਤੋਂ ਬਾਅਦ ਤੁਸੀਂ ਜਾਸੋ ਅੱਗੇ ਕਾਕੜਾ ਟਾਊਨ ਬਿਲਕੁਲ ਕਾਕੜਾ ਟਾਊਨ ਤੋਂ ਬਾਅਦ ਜਾਸੋ ਤੁਸੀਂ ਜੜੀ ਕਸ ਤੋਂ ਅੱਗੇ ਹਲਕਾਬਾਦ ਅੱਗੇ ਜਿਹੜਾ ਨਿਊ ਸਿਟੀ ਜਾਂ ਮਿਰਪੁਰ ਅੱਗੇ ਸਟਾਰਟ ਹੋਣਾ ਉਧਰ ਤਕਰੀਬਨ ਅਸੀਂ 30-35 ਮਿੰਟ ਲੱਗਣੇ ਨਹੀਂ ਇਤਨਾ 40-45 ਮਿੰਟ ਨਾਰਮਲ ਲੱਗਣੇ ਕਿਉਂਕਿ ਟ੍ਰੈਫਿਕ ਹੈ ਹੋਰ ਵੀ ਚੀਜ਼ਾਂ ਐਨ ਜਾਣਾ ਇਸ਼ਨਾ ਚੀਜ਼ਾਂ ਤੇ 45 ਮਿੰਟ ਬਿਲਕੁਲ ਜਿਸਨੇ ਬਹੁਤ ਸਪੀਡ ਨਾਲ ਵੀ ਜਾਉਣ ਤੁਸੀਂ 35-38-40 ਮਿੰਟ ਨੇ ਬਹੁਤ ਫਰਕ ਪਿਆ 5-7 ਮਿੰਟ ਬਿਲਕੁਲ 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 ਤੇ ਉਸਰਾ ਜਨਾਬ ਇਧਰੋਂ ਫਿਰ ਉਸੇ ਪਤਾ ਕਿ ਇਧਰੋਂ ਇੱਕ ਦਾ ਸ਼ਾਟ ਹੋਇਆ ਸੀ ਲਾਜ਼ਮੀ ਜਨਾਬ ਉਹਨੇ ਕੀ ਜੇ ਸਬਸਕ੍ਰਾਈਬ ਕਰੇ ਮਾਸ਼ਾਅੱਲਾ ਬੜੀ ਬਿਹਤਰੀਨ ਵਲੌਗ ਲਾਣੇ ਰਹੇ ਔਰ ਖਾਸ ਕਰੀ ਜਨਾਬ ਇਹ ਮੀਡੀਆ ਐਡਵਾਈਜ਼ਰ ਬਿਲਕੁਲ ਤਾਂ ਬਾਕੀ ਉਹਨਾਂ ਦੇ ਬਾਰੇ ਜਰਾ ਕੋਈ ਦੱਸਣਾ ਚਾਹੋ ਜਨਾਬ ਬਾਬੇ ਸਭ ਤੋਂ ਪਹਿਲਾਂ ਮਨਿਸਟਰ ਸਾਹਿਬ ਨਾਲ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦਿਲਚਸਪੀ ਕਹਿੰਦੀ ਹੈ ਉਸ ਤੋਂ ਇਲਾਵਾ ਐਕਸ਼ਨ ਕਮੇਟੀ ਨੇ ਮਿਮਰਾਨ ਨਾਲ ਬਹੁਤ ਬਹੁਤ ਸ਼ੁਕਰੀਆ ਉਸ ਤੋਂ ਇਲਾਵਾ ਸਾਡੇ ਹਲਕੇ ਨੇ ਆਵਾਮ ਨਾਲ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਸਾਰਿਆਂ ਇਤਜਾਜ ਵਗੈਰਾ ਕੀਤਾ ਸਾਰੀਆਂ ਚੀਜ਼ਾਂ ਕੀਤੀਆਂ ਤੇ ਪੁੱਲ ਨਾਲ ਇਨਸ਼ਾਅੱਲਾ ਕੰਮ ਜਲਦੀ ਸਟਾਰਟ ਹੋ ਜਾਏ ਸੀ ਬਿਲਕੁਲ ਤੇ ਮਨਿਸਟਰ ਸਾਹਿਬ ਰੀਸੈਂਟਲੀ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਹਨਾਂ ਦੱਸਿਆ ਸਾਰੀਆਂ ਚੀਜ਼ਾਂ ਇਸਨੇ ਕਿ ਕਦੋਂ ਜੀ ਸਟਾਰਟ ਹੋ ਸੀ ਕਿਆ ਚੀਜ਼ਾਂ ਤਾਂ ਇਨਸ਼ਾਅੱਲਾ ਤਾਲਾ ਅੱਲਾ ਨੇ ਹੁਕਮ ਜਲਦੀ ਇਸ ਨਾਲ ਕੰਮ ਸਟਾਰਟ ਹੋ ਜਾਏ ਸੀ ਜਲਦੀ ਹੋਣੇ ਵਾਲਾ ਵਾ ਇਨਸ਼ਾਅੱਲਾ ਬਹੁਤ ਜਲਦ ਫਿਰ ਜਿਹੜਾ ਅਸਾਂ ਹੁਣ ਦੇ ਵਲੌਗ ਬਣਾਉਣੇ ਨੇ ਯਕੀਨ ਕਰੋ ਕਾਫੀ ਜ਼ਿਆਦਾ ਅਸਾਂ ਇੱਥੇ ਨੇ ਵਲੌਗਸ ਬਣਾਏ ਜਿਸ ਤਰ੍ਹਾਂ ਕਿ ਉਹ ਡੰਕੀ ਲਾਣੇ ਡੰਕੀ ਲਾਣੇ ਲਈ ਮੇਰੇ ਪਰ ਠੀਕ ਹੈ ਅਸਾਂ ਵੀ ਕਈ ਵਾਰੀ ਲੱਗਦਾ ਗਿਆ ਜਿਲਾ ਪਾਣੀ ਕੱਢ ਰਿਹਾ ਹੋਣਾ ਸੀ ਤਾਂ ਯਕੀਨ ਕਰੋ ਜਿਲਾ ਜ਼ਿਆਦਾ ਹੋਣਾ ਸੀ ਉਹਲਾ ਦਾ ਹਿੰਮਤ ਹੋਣੀ ਕੋਣੀ ਹੋਣੀ ਸੀ ਜਿਸ ਤਰ੍ਹਾਂ ਹੋਫ ਲੱਗਣਾ ਸੀ ਬਾਕੀ ਹੁਣ ਚੱਲੇ ਮਜ਼ੀਦ ਇਨਸ਼ਾਅੱਲਾ ਗੱਲਾਂ ਤਾਂ ਹੋਣੀਆਂ ਰਹੇ ਸਨ ਤੇ ਨਾਲ ਜਿਹੜਾ ਇਹ ਚੱਕ ਹਰਿਆਮ ਪੁਰਾਣਾ ਚੱਕ ਹਰਿਆਮ ਹੋਣਾ ਸੀ ਹਰਿਆਮ ਉਹ ਪੁਰਾਣਾ ਜਿਹੜਾ ਡੁੱਬੀ ਗਿਆ ਨਾ ਜੀ ਜੀ ਥੋੜਾ ਜਿਹਾ ਅਪਰ ਹੋ ਗਿਆ ਤਾਂ ਡੈਮ ਤੋਂ ਥੋੜਾ ਜਿਹਾ ਪਿੱਛੇ ਹੋ ਗਿਆ ਤਾਂ ਇਹ ਆਬਾਦ ਹੋਈ ਗਿਆ ਬਿਲਕੁਲ ਜਿਹੜਾ ਹਰਿਆਮ ਹੈ ਨਾ ਜੀ ਜੀ ਇਹ ਥੋੜਾ ਜਿਹਾ ਅਪਰ ਹੋ ਗਿਆ ਆਬਾਦ ਹੋਈ ਗਿਆ ਤਾਂ ਉਸਨੇ ਤੁਹਾਡਾ ਡਰੋਨ ਕਵਰੇਜ ਦੱਸੋ ਭੈਣਾ ਭਰਾਵਾਂ ਬਿਲਕੁਲ ਬਿਲਕੁਲ ਤਾਂ ਪੁਰਾਣਾ ਜਿਹੜਾ ਹੋਣਾ ਸੀ ਪੁਰਾਣਾ ਨਾਲ ਕਬਰਸਤਾਨ ਵਗੈਰਾ ਆਇਆ ਥੱਲੇ ਤਾਂ ਉਹ ਕਬਰਾਂ ਤੁਸੀਂ ਮੈਂ ਕਾਫੀ ਵੀਡੀਓਜ਼ ਵਗੈਰਾ ਨਹੀਂ ਬਾਈ ਮੈਂ ਤੱਕੀਆਂ ਪਾਕਿਸਤਾਨ ਨੇ ਬੰਦਿਆਂ ਕੁਝ ਲਈਆਂ ਹੋਣਾ ਜੀ 3 ਰੁਪਏ ਯੂਨਿਟ ਇਹਨਾਂ ਕੀ ਲੱਭਣੀ ਹੈ ਬਿਜਲੀ ਸਾਰੀਆਂ ਚੀਜ਼ਾਂ ਉਹ ਕਾਇੰਡਲੀ ਅੱਜ ਤੁਸੀਂ ਜਿਹੜਾ ਨਾ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨਾ ਅਸਾਂ ਨੇ ਲੋਕਾਂ ਅਸਾਂ ਨੇ ਭੈਣਾਂ ਭਰਾ ਜਿਹੜੇ ਇੱਥੋਂ ਮੂਵ ਹੋ ਕੇ ਗਏ ਨੇ ਆਪਣੇ ਘਰ ਬਾਰ ਛੋੜ ਕੇ ਗਏ ਨੇ ਆਪਣੇ ਅਬਾਉ ਜਦਾਦ ਦੀਆਂ ਕਬਰਾਂ ਛੋੜ ਕੇ ਗਏ ਨੇ ਅੱਜ ਕਾਇੰਡਲੀ ਉਹ ਵੀ ਅਨੀਸ ਬਾਈ ਤੋਂ ਕਦੇ ਦੱਸੋ ਤਾਂ ਉਹਨਾਂ ਲੋਕਾਂ ਕੀ ਪਤਾ ਲੱਗਾ ਕਿ ਕੋਈ ਆਪਣੀਆਂ ਕਬਰਾਂ ਡੁਬੋਈ ਕੇ ਕਦੇ ਬਿਜਲੀ ਕਿ ਨਹੀਂ ਸਕਣਾ ਜਾਂ 3 ਰੁਪਏ ਯੂਨਿਟ ਜਾਂ ਕੋਈ ਚੀਜ਼ ਹੀ ਹੈ ਜੀ ਬਿਲਕੁਲ ਬੜੀਆਂ ਕੁਰਬਾਨੀਆਂ ਜਨਾਬ ਫਿਰ ਲੋਕ ਜਿਹੜੇ ਨਾ ਕੁਝ ਲੋਕ ਇਹ ਨਹੀਂ ਸਮਝ ਸਕਦੇ ਇਸਲਾਮ ਹੈ ਇਸਲਾਮ ਕਰਨੇ ਲੋਕਾਂ ਕੀ ਇਸਲਾਮ ਹੈ ਜਿਤਨੇ ਲੋਕਾਂ ਕੁਰਬਾਨੀਆਂ ਦਿੱਤੀਆਂ ਉਹਨਾਂ ਸਾਰਿਆਂ ਕੀ ਇਸਲਾਮ ਹੈ ਅੱਜ ਭਾਵੇਂ ਬਿਜਲੀ ਸਸਤੀ ਹੋਈ ਹੈ ਜਾਂ ਕੋਈ ਵੀ ਚੀਜ਼ਾਂ ਹੋਈਆਂ ਉਹ ਸਾਰੇ ਅਸਾਂ ਲੋਕਾਂ ਕੋਲੈਬਰੇਸ਼ਨ ਹੋਈ ਹੈ ਤਾਂ ਇਹ ਸਭ ਚੀਜ਼ਾਂ ਹੋਈਆਂ ਪਰ ਇਹ ਹੈ ਕਿ ਇੱਧਰ ਵੀ ਤੱਕੋ ਨਾ ਜਿਸ ਤਰ੍ਹਾਂ ਅਸਾਂ ਕਬਰਾਂ ਉਸ ਤੋਂ ਇਲਾਵਾ ਕਈ ਦਰਬਾਰ ਹਨ ਇੱਥੇ ਕੋਈ ਵੀ ਤੁਹਾਨੂੰ ਇਸ ਬਾਈ ਚੈੱਕ ਕੀਤੀਆਂ ਸੁਣੋ ਵੀ ਡੁੱਬੀਆਂ ਚੀਜ਼ਾਂ ਪੁਰਾਣਾ ਮੇਰੇ ਪੁਰਾਣਾ ਸੀ ਜਾ ਕੇ ਬਿਲਕੁਲ ਤਬਾਹ ਬਰਬਾਦ ਹੋਈ ਗਿਆ ਕਿਸੇ ਦੌਰ ਵਿੱਚ ਬੜਾ ਇਸ ਨਾ ਹੋਣਾ ਸੀ ਬੜਾ ਨਾ ਸੀ ਔਰ ਇਸ
آزاد کشمیر اندر بہت بڑا ہے جناب ایک شہر سمجھا جانا کاروباری مرکز ہی انیس بھائی سارے لوگ مڈل وچ اچنا سی نا جڑا سن کوٹلی ہے پہلا اچنا اس تو بعد سینسا سائٹ ہے پاکستان تو لوگ یا جڑے ہونے سن یہ مین درمیان وچ مرکز ہونا سی ایتھے تجارت ہونی سی باقی چیزاں ہونیاں سن بازار ہونے سن ایتھے تساں کدے کوئی پرانی پکچراں وغیرہ تکیاں ہون تے انیس بھائی تے سکول وی ہونے سن ادارے سن اس تو علاوہ ہسپتال سن مساجد سن پورا ایک شہر آباد سی شہر ہونا سی اور اس نے میں پکچر تکیا شہر اس طرح ہونا سی کہ ایک روڈ جانی ہونی سی اس سائڈ بھی دکانا اس سائڈ بھی دکانا تے پھر اس طرح لمبا جڑا شہر ہونا سی باقی اگر مزید گلاں ہونیاں چلنے ہیں جناب تو او ایریا جڑا او سن سنیا اس سے جناب اگر میں سیدھا سیدھا کہاں جیسا کہ تک نہیں سو جس نے بارے میں ذکر کرنا پیا سن اے عثمان بھائی پرانا گاؤں ہونا سی اور خاص کر قبرستان ہے نا کافی بڑا آیا ٹھیک ہے تقریباً ایک مہینہ پہلے میں اتنے آیا سا ولاگ بنایا سی الا یہ ڈیم تو بعد سی ہوں سر تک نہیں پیو وہ قبر پانی نے اندر یہ سارا قبرستان تقریباً اتنا جی ہاں اور اس سائڈ ہے مسجد دربار یہ بھی قبرستان تقریباً پانی اندر اچھنے لاوا ہے جی تو جناب تکی رہے سو یہ جی روڈ ہے نا یہ جانی پی ہے اور میں یہ نہیں پتا مشک ہے جی مین ادھر بند کر سن کیونکہ یہ جڑا راہ ہے پھر اگے جانا ہے ان گراں کی طرف یا پھر جڑا اگوں یہ بند کر سن یا پھر جڑا یہ گاؤں نے جڑے لوگ حالی الا انٹر ہونے سن جلد اسکولوں کا کام وہ شروع سی سو اس ٹائم بالکل تکی رہے سو اتنا موجود ہاں اس سائڈ ہے اسلام گڑھ بازار ان شاء اللہ ہوں میں سنا یہ ایریا کیونکہ یہ تو چک ہریام ہے نا ماشاء اللہ بڑی خوبصورت جی کوٹیاں یہ میں سارا کور کتیا تقریباً دو تر واری میں کوریج اتنا نکلتی ہوئی ہے لاسٹ بلاگ جلد اتنا بنایا سا الا میں لائی سی اس نی ویڈیو اس پورے ایریا نی لیکن یہ جڑا یہ رہنا سی یہ بھی بڑا خوبصورت جا ایریا ہے اس نے ان شاء اللہ ہوں ڈرون شارٹس میں چیک کرانے ہیں پھر سنا مزید ان شاء اللہ گلا ہونی بیڑی پتنا دے آساں لئی بیٹھے کدو مڑ سو وطنا تے بلاگ امید کرنا یہ جڑا بلاگ ہے پسند ہے اسی اینڈ پر جناب ایک پیغام عثمان بھائی سن دینا چاہو سارے پردیسی پہ نبر آگے سارے کی یہ پیغام ہے جی لائک سبسکرائب کرو اسا اتنی محنت کرنے ہیں بالکل خاص کر کے جڑا یہ دو تر کلو میٹر گرمی چوری گئے ہیں ہمارا اسا یقین کرو پیدل گئے ہیں اتھے راہ یا بند کرتے ہیں موٹر سائیکل پر بھی اتھے کرنا او ہا ہے سو انہاں نے یوٹیوب چینل ہے اینڈ پر میں مینشن کرنا جلا دیسی ولاگز سو سرچ کر سو نا یوٹیوب چینل ہے لازمی جناب سبسکرائب کرے تو یہ بھی جڑا کنٹینٹ ہے نا دیسی دیسی تو بڑا مزے نا یہ لانے رہنے سو اپنا بہت سارا خیال رکھے میں اپنی دعا جناب یاد رکھے اللہ سننے والا ہے